ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਦੋਸ਼ ਹੀ ਇੰਨੇ ਸੀਗੇ, ਤਨਖਾਹੀ ਇਕਰਾਰ ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ ਹੁਣ। ਨਹੀਂ ਸਾਡੇ ਮੁਤਾਬਕ ਨਹੀਂ, ਇਹ ਤਾਂ ਸਾਡੀਆਂ ਰਵਾਇਤਾਂ ਦੇ ਅਨੁਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਮ ਆ ਉਹਦੇ ਅਨੁਸਾਰ ਹੀ ਸਜ਼ਾ ਹੋਵੇ। ਇਹਨਾਂ ਨੂੰ ਤਾਂ ਮੇਰੇ ਖਿਆਲ ਤਨਖਾਹੀ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ। ਇਹਨਾਂ ਨੇ ਕੌਮ 'ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ। ਕੰਗਣਾ ਰਣੌਤ ਜੀ ਦੇਖੋ ਜੀ, ਉਹਨੇ ਜਦੋਂ ਤੋਂ ਵੀ ਇਹ ਕਿਸਾਨ ਅੰਦੋਲਨ ਚੱਲਿਆ ਉਦੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬੁਰਾ ਭਲਾ ਗਿਆ ਉਹਨੇ। ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਈਏ 'ਤੇ ਵਿਕਣ ਵਾਲੀਆਂ ਇਹੋ ਜਿਹੇ ਮੇਰਾ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਣੇ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਹ ਤਾਂ ਜੀ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਦੋਸ਼ ਹੀ ਇੰਨੇ ਸੀਗੇ, ਤਨਖਾਹੀ ਇਕਰਾਰ ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ। ਹੁਣ ਉਹਨਾਂ ਦੀ ਸਜ਼ਾ ਵੇਖਦੇ ਹਾਂ ਵੀ ਉਹਨਾਂ ਨੂੰ ਕੀ ਦਿੱਤੀ ਜਾਂਦੀ, ਉਹ ਤੋਂ ਹੀ ਕੌਮ ਫਿਰ ਅੱਗੇ ਸੋਚੂਗੀ ਕੀ ਕਰਨਾ ਚਾਹੀਦਾ। ਤੁਹਾਡੇ ਮੁਤਾਬਕ ਕਿਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਹੁਤ ਸਾਰੇ? ਨਹੀਂ ਸਾਡੇ ਮੁਤਾਬਕ ਨਹੀਂ, ਇਹ ਤਾਂ ਸਾਡੀਆਂ ਰਵਾਇਤਾਂ ਦੇ ਅਨੁਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਮ ਆ ਉਹਦੇ ਅਨੁਸਾਰ ਹੀ ਸਜ਼ਾ ਹੋਵੇ। ਸਾਡੇ ਕਹਿਣ ਤਾਂ ਅਸੀਂ ਤਾਂ ਜੋ ਕਹਾਂਗੇ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥਕ ਰਵਾਇਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਂ ਕਰਨ ਵਾਲਿਆਂ ਨੇ ਜੋ ਉਹੋ ਜਿਹੀਆਂ ਸਜ਼ਾਵਾਂ ਦਿੱਤੀਆਂ ਗਈਆਂ ਪਹਿਲਾਂ ਉਹੋ ਜਿਹੀਆਂ ਦਿੱਤੀਆਂ ਜਾਣ। ਦੋ ਤਰ੍ਹਾਂ ਦੀ ਤਨਖਾਹੀਆਂ ਹੁੰਦੀ, ਇੱਕ ਤਾਂ ਜਿਹਨੂੰ ਤਨਖਾਹ ਲੈਂਦਾ ਕਿਸੇ ਵੀ ਅਦਾਰੇ ਤੋਂ ਉਹਨੂੰ ਤਨਖਾਹੀਆਂ ਕਿਹਾ ਜਾਂਦਾ, ਜਾਂ ਫਿਰ ਜਿਹੜਾ ਕੋਈ ਸਿੱਖ ਧਰਮ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਨਖਾਹੀਆਂ ਕਿਹਾ ਜਾਂਦਾ, ਤੁਸੀਂ ਇਹਨਾਂ ਨੂੰ ਕਿਹੜਾ ਤਨਖਾਹੀਆਂ ਸਮਝਦੇ ਹੋ? ਨਹੀਂ ਇਹਨਾਂ ਨੂੰ ਤਾਂ ਮੇਰੇ ਖਿਆਲ ਤਨਖਾਹੀ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ ਅਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ 'ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ। ਇਹ ਤਨਖਾਹੀਆਂ ਕਰਾਰ ਦਿੱਤਾ ਗਿਆ, ਤਨਖਾਹੀਆਂ ਦਿੱਤਾ ਤਾਂ ਦੋਸ਼ੀ ਕਰਾਰ ਨਹੀਂ ਸੀ ਦੇਣਾ ਚਾਹੀਦਾ ਜਦੋਂ ਸਰਬਾਨ ਨੂੰ ਕਿ ਦੋਸ਼ੀ ਕਰਾਰ ਨੇ ਹੁਣ ਆ ਕੇ ਪੇਸ਼ ਹੋਣ? ਨਹੀਂ ਚਲੋ ਜੀ ਉਹ ਤਾਂ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਥੇਦਾਰ ਸਾਹਿਬ ਨੂੰ ਇਹ ਤਾਂ ਤੁਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਜੀ। ਕੰਗਣਾ ਰਣੌਤ ਜੀ ਦੇਖੋ ਜੀ, ਉਹਨੇ ਜਦੋਂ ਤੋਂ ਵੀ ਇਹ ਕਿਸਾਨ ਅੰਦੋਲਨ ਚੱਲਿਆ ਉਦੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬੁਰਾ ਭਲਾ ਗਿਆ ਉਹਨੇ। ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਈਏ 'ਤੇ ਵਿਕਣ ਵਾਲੀਆਂ ਇਹੋ ਜਿਹੇ, ਅਤੇ ਜਦੋਂ ਕੋਈ ਉਹਨਾਂ ਦੇ ਖਿਲਾਫ਼ ਕੋਈ ਗੱਲ ਕਰਦਾ ਤਾਂ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ, ਅਤੇ ਮੇਰਾ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਣੇ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਨਹੀਂ ਉਹ ਤਾਂ ਜੀ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਦੋਸ਼ ਹੀ ਇੰਨੇ ਸੀਗੇ, ਤਨਖਾਹੀ ਇਕਰਾਰ ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ। ਹੁਣ ਉਹਨਾਂ ਦੀ ਸਜ਼ਾ ਵੇਖਦੇ ਹਾਂ ਵੀ ਉਹਨਾਂ ਨੂੰ ਕੀ ਦਿੱਤੀ ਜਾਂਦੀ, ਉਹ ਤੋਂ ਹੀ ਕੌਮ ਫਿਰ ਅੱਗੇ ਸੋਚੂਗੀ ਕੀ ਕਰਨਾ ਚਾਹੀਦਾ। ਤੁਹਾਡੇ ਮੁਤਾਬਕ ਕਿਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਹੁਤ ਸਾਰੇ? ਨਹੀਂ ਸਾਡੇ ਮੁਤਾਬਕ ਨਹੀਂ, ਇਹ ਤਾਂ ਸਾਡੀਆਂ ਰਵਾਇਤਾਂ ਦੇ ਅਨੁਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਮ ਆ ਉਹਦੇ ਅਨੁਸਾਰ ਹੀ ਸਜ਼ਾ ਹੋਵੇ। ਸਾਡੇ ਕਹਿਣ ਤਾਂ ਅਸੀਂ ਤਾਂ ਜੋ ਕਹਾਂਗੇ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥਕ ਰਵਾਇਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਂ ਕਰਨ ਵਾਲਿਆਂ ਨੇ ਜੋ ਜਿਹੀਆਂ ਸਜ਼ਾਵਾਂ ਦਿੱਤੀਆਂ ਗਈਆਂ ਪਹਿਲਾਂ ਉਹੋ ਜਿਹੀਆਂ ਦਿੱਤੀਆਂ ਜਾਣ। ਦੋ ਤਰ੍ਹਾਂ ਦੀ ਤਨਖਾਹੀਆਂ ਹੁੰਦੀ, ਇੱਕ ਤਾਂ ਜਿਹਨੂੰ ਤਨਖਾਹ ਲੈਂਦਾ ਕਿਸੇ ਵੀ ਅਦਾਰੇ ਤੋਂ ਉਹਨੂੰ ਤਨਖਾਹੀਆਂ ਕਿਹਾ ਜਾਂਦਾ, ਜਾਂ ਫਿਰ ਜਿਹੜਾ ਕੋਈ ਸਿੱਖ ਧਰਮ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਨਖਾਹੀਆਂ ਕਿਹਾ ਜਾਂਦਾ, ਤੁਸੀਂ ਇਹਨਾਂ ਨੂੰ ਕਿਹੜਾ ਤਨਖਾਹੀਆਂ ਸਮਝਦੇ ਹੋ? ਨਹੀਂ ਇਹਨਾਂ ਨੂੰ ਤਾਂ ਮੇਰੇ ਖਿਆਲ ਤਨਖਾਹੀ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ ਅਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ 'ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ। ਇਹ ਤਨਖਾਹੀਆਂ ਕਰਾਰ ਦਿੱਤਾ ਗਿਆ, ਤਨਖਾਹੀਆਂ ਦਿੱਤਾ ਤਾਂ ਦੋਸ਼ੀ ਕਰਾਰ ਨਹੀਂ ਸੀ ਦੇਣਾ ਚਾਹੀਦਾ ਜਦੋਂ ਤੋਂ ਸਰਬਾਨ ਨੂੰ ਕਿ ਦੋਸ਼ੀ ਕਰਾਰ ਨੇ ਹੁਣ ਆ ਕੇ ਪੇਸ਼ ਹੋਣ? ਨਹੀਂ ਚਲੋ ਜੀ ਉਹ ਤਾਂ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਥੇਦਾਰ ਸਾਹਿਬ ਨੂੰ ਇਹ ਤਾਂ ਤੁਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਜੀ। ਜਿਸ ਤਰ੍ਹਾਂ ਕਗਨ ਰਣੌਤ ਦੇ ਉੱਤੇ ਜਿਹੜੀ ਬਿਆਨਬਾਜ਼ੀ ਹੋਈ
ਕੰਗਣਾ ਰਣੌਤ ਜੀ, ਦੇਖੋ ਜੀ, ਉਹਨੇ ਜਦੋਂ ਤੋਂ ਵੀ ਇਹ ਕਿਸਾਨ ਅੰਦੋਲਨ ਚੱਲਿਆ ਉਦੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬੁਰਾ ਭਲਾ ਗਿਆ ਉਹਨੇ, ਜਿਹੜਾ ਕਿ ਸੋਭਦਾਨੀ ਸੀ, ਉਹਨਾਂ ਨੇ ਉਹਨੂੰ 100-100 ਰੁਪਏ ਤੇ ਵਿਕਣ ਵਾਲੀਆਂ ਇਹੋ ਜਿਹੇ, ਤੇ ਜਦੋਂ ਕੋਈ ਉਹਨਾਂ ਦੇ ਖਿਲਾਫ਼ ਕੋਈ ਗੱਲ ਕਰਦਾ ਤਾਂ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ, ਤੇ ਮੇਰਾ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਣੇ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।